ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ। ਪੰਜਾਬ ਪੁਲਿਸ ਆਪਣੇ ਵਿਵਾਦਾਂ ਦੇ ਕਾਰਨ ਅਕਸਰ ਚਰਚਾ ਦੇ ਵਿੱਚ ਰਹਿੰਦੀ ਹੈ। ਇੱਦਾਂ ਦੀ ਹੀ ਇੱਕ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਬਟਾਲਾ ਨਜ਼ਦੀਕ ਪਿੰਡ ਉਦੋਵਾਲ ਦੀ ਇੱਕ ਔਰਤ ਸਿਮਰਜੀਤ ਕੌਰ ਪਤਨੀ ਲਖਵਿੰਦਰ ਸਿੰਘ ਨੇ ਪੁਲਿਸ ਅਤੇ ਉਹਨਾਂ ਦੀ ਜਠਾਣੀ ਮਨਜੀਤ ਕੌਰ ਦੇ ਕਹਿਣ ਦੇ ਉੱਤੇ ਉਸਦੇ ਪਰਿਵਾਰ ਦੇ ਨਾਲ ਕੁੱਟਮਾਰ ਕਰਨ ਦੇ ਗੰਭੀਰ ਆਰੋਪ ਲਗਾਏ ਨੇ। ਸਿਮਰਜੀਤ ਕੌਰ ਨੇ ਦੱਸਿਆ ਕਿ ਚੌਂਕੀ ਇੰਚਾਰਜ ਦਿਆਲਗੜ੍ਹ ਰਜਿੰਦਰਪਾਲ ਸਿੰਘ ਦੀ ਟੀਮ ਦੇ ਵੱਲੋਂ ਉਹਨਾਂ ਦੀ ਬੇਟੀ ਅਤੇ ਉਸ ਦੇ ਨਾਲ ਵੈਸਿਆਨਾ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੀ ਬੇਟੀ ਨੂੰ ਗੰਭੀਰ ਸੱਟਾਂ ਲੱਗੀਆਂ, ਜੋ ਫਿਲਹਾਲ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਸਿਮਰਜੀਤ ਕੌਰ ਮੈਂ ਪਿੰਡ ਉਦੋਵਾਲ, ਪੁਲਿਸ ਨੇ ਜਾ ਕੇ ASI ਰਜਿੰਦਰਪਾਲ ਦੇ ਨਾਲ ਮੁਲਾਜ਼ਮ ਲੈ ਕੇ ਮੇਰੀ ਬੇਟੀ ਘਰ ਇਕੱਲੀ ਸੀ, ਪਹਿਲਾਂ ਮਾਰ ਕੁਟਾਈ ਕੀਤੀ, ਬਾਅਦ 'ਚ ਮੈਂ ਗਈ, ਮੇਰੇ ਨਾਲ ਵੀ ਮਾਰ ਕੁਟਾਈ ਕੀਤੀ ਇਹਨਾਂ ਸਾਰਿਆਂ ਨੇ, ਮੇਰੇ ਜਠਾਣੀ ਨੇ ਮਨਜੀਤ ਕੌਰ ਨੇ ਪੁਲਿਸ ਦੇ ਨਾਂ ਰੱਖ ਕੇ ਸਾਰਿਆਂ ਨੇ ਮਾਰ ਕੁਟਾਈ ਕੀਤੀ, ਬੇਟੀ ਨੂੰ ਵੀ ਬਹੁਤ ਮਾਰਿਆ। ਕੀ ਮਸਲਾ ਕੀ ਮਸਲਾ ਵੀ ਥਾਂ ਜਿਹੜਾ ਘਰ ਦਾ ਸਾਨੂੰ ਵੰਡ 'ਚ ਆਇਆ ਸੀ, ਅਤੇ ਉਹ ਥਾਂ ਦੇ ਮਤਲਬ ਸਾਨੂੰ ਘਰੋਂ ਅੰਦਰੋਂ ਬਾਹਰ ਕੱਢਦੇ ਸੀ, ਕਹਿੰਦੇ ਵੀ ਆਪਣਾ ਸਮਾਨ ਚੁੱਕ ਲਓ, ਤੁਹਾਨੂੰ ਮਾਰ ਦਿੰਦੇ, ਜਾਨਾਂ ਮਾਰ ਦਿੰਦੇ, ਧਮਕੀਆਂ ਦਿੰਦੇ, ਅਤੇ ਬੇਟੀ ਨੂੰ ਪਹਿਲਾਂ ਮਾਰਿਆ ਸੀ ਇਕੱਲੀ, ਬਾਅਦ 'ਚ ਮੈਂ ਗਈ, ਮੇਰੇ ਨਾਲ ਮਾਰ ਕੁਟਾਈ ਕੀਤੀ ਆ, ਵੀਡੀਓ ਬਣੀ, ਤੁਸੀਂ ਵੀਡੀਓ ਦੇਖ ਸਕਦੇ ਹੋ। ਤੁਸੀਂ ਮਿਲੇ ਹੋ ਐਸ ਐਸ ਸਾਹਿਬ ਨੂੰ? SSP ਸਾਹਿਬ ਨੂੰ ਮੈਂ ਐਪਲੀਕੇਸ਼ਨ ਮਤਲਬ ਫੋਨ ਕਰਕੇ ਕੱਲ੍ਹ ਵੀ ਗਈ ਹਾਂ, ਨਹੀਂ ਮਿਲੇ, ਹੁਣ ਮੈਂ ਉੱਥੋਂ ਹੋ ਕੇ ਆਈ ਹਾਂ। ਕੀ ਕਹਿੰਦੇ ਹੋ? ਉਹ ਕਹਿੰਦੇ ਨੇ ਵੀ ਮਾਰਕ ਕਰਤੀ ਹੈ, ਮਤਲਬ ਸਾਹਿਬ ਨੂੰ ਮਾਰਕ ਕਰਤੀ ਹੈ, ਅਤੇ ਸਾਰਾ ਮਾਮਲਾ ਕਿੱਥੋਂ ਚੱਲਿਆ? ਕਹਿੰਦੇ ਵੀ ਸਾਡੇ ਤੋਂ ਪਰਚਾ ਕੱਟ ਪਾ। ਸਾਰਾ ਮਾਮਲਾ ਕਿੱਥੋਂ ਚੱਲਿਆ? ਮਾਮਲਾ ਚੱਲਿਆ ਵੀ ਮਤਲਬ ਥਾਂ ਕਿਸ ਗੱਲੋਂ ਝਗੜਾ ਵਾ? ਹਾਂਡੀ ਸੀ ਵੀ ਸਾਨੂੰ ਥਾਂ ਆਇਆ ਸੀ, ਅਤੇ ਕੁਝ ਕਿਹਦੇ ਨਾਲ ਵੰਡ ਸੀ ਤੁਹਾਡੀ? ਵੰਡ ਭਰਾ ਨਾਲ, ਇਹਨਾਂ ਲਖਵਿੰਦਰ ਦੇ ਅਤੇ ਮੇਰੇ ਜੇਠ ਨਾਲ, ਅਤੇ ਉਹ ਮਰ ਚੁੱਕਿਆ ਸੀ, ਜਨਾਨੀ ਜਿਹੜੀ ਆ ਵੀ ਹੁਣ ਉਹ ਸਾਡੇ ਨਾਲ ਧੱਕੇ ਸ਼ਾਹੀ ਕਰਨ ਡੀ ਹੈ, ਪੈਲੀ ਦੀ, ਇਸ ਪੈਲੀ ਦੀ ਸਾਡੇ ਕੋਲ ਖਾ ਲਈ ਆ। ਜਨਾਨੀ ਦਾ ਨਾਂ ਕੀ? ਮਨਜੀਤ ਕੌਰ ਵੀ, ਬਸ ਅਤੇ ਜਿਹੜੀ ਪੈਲੀ ਵੀ ਸਾਨੂੰ ਆਉਂਦੀ, ਸਾਡੀ ਪੈਲੀ ਵੀ ਦਿੰਦੀ, ਅਤੇ ਗਾੜੀਓ ਕਹਿੰਦੀ ਮੈਂ ਵਿਧਵਾ ਵਾ, ਮੇਰੇ ਸਾਰੇ ਵਾਕ ਵਾ ਸਾਰੇ ਇਲਾਕੇ ਦੇ ਮਤਲਬ ਹੈਲਪ ਕਰਦੇ ਨੇ ਨਾਲ ਉਹਦੇ, ਉਹ ਵੀ ਸਾਨੂੰ ਜਾਨੋਂ ਮਾਰ ਦਿਆ ਧਮਕੀਆਂ ਦਿੱਤੀਆਂ ਵੀ SSP ਸਾਡੇ ਨੇ, ਸਾਰੇ ਵੀ ਸਾਡੇ ਨੇ, ਵਕੀਲ ਸਾਡੇ, ਜੱਜ ਸਾਡੇ, ਸਭ ਕੁਝ। ਇਸ ਸੰਬੰਧੀ ਪੁਲਿਸ ਦੇ ਵੱਲੋਂ ਕੁੱਟਮਾਰ ਕਰਨ ਦੀ ਵੀਡੀਓ ਵੀ ਪਰਿਵਾਰ ਦੇ ਵੱਲੋਂ ਸਬੂਤ ਦੇ ਤੌਰ 'ਤੇ ਮੀਡੀਆ ਨੂੰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਲਟਾ ਪੁਲਿਸ ਦੇ ਵੱਲੋਂ ਉਹਨਾਂ 'ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ ਹੈ। ਉੱਧਰ ਇਸ ਮਾਮਲੇ ਦੇ ਵਿੱਚ ਚੌਂਕੀ ਇੰਚਾਰਜ ਦਿਆਲਗੜ੍ਹ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਮਨਜੀਤ ਕੌਰ ਦੀ ਸ਼ਿਕਾਇਤ 'ਤੇ ਉਹ ਸਪੈਸ਼ਲ ਮਹਿਲਾ ਪੁਲਿਸ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਸਿਰਫ ਅਤੇ ਸਿਰਫ ਦਰਾਣੀ ਜਠਾਣੀ ਦੀ ਹੋ ਰਹੀ ਲੜਾਈ ਨੂੰ ਰੋਕਿਆ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਪਰਿਵਾਰਾਂ ਦਾ ਜਗ੍ਹਾ ਦਾ ਝਗੜਾ ਚੱਲ ਰਿਹਾ। ਇਸ ਸੰਬੰਧੀ ਮਾਮਲੇ ਦੇ ਵਿੱਚ SMO ਸਿਵਲ ਹਸਪਤਾਲ ਬਟਾਲਾ ਸੰਜੀਵ ਭੱਲਾ ਨੇ ਕਿਹਾ ਕਿ ਉਹਨਾਂ 3 ਮੈਂਬਰੀ ਟੀਮ ਤਿਆਰ ਕੀਤੀ ਹੈ, ਜਿਸ ਦੀ ਰਿਪੋਰਟ ਆਉਣ 'ਤੇ ਕਾਰਵਾਈ ਕੀਤੀ ਜਾਵੇਗੀ। ਮਨਜੀਤ ਕੌਰ ਪਤਨੀ ਸੁਖਵਿੰਦਰ ਸਿੰਘ, ਜੋ ਕਿ ਇੱਥੋਂ ਦੀ ਉਦੋਵਾਲ ਦੀ ਰਹਿਣ ਵਾਲੀ ਹੈ, ਇਹਨੇ ਇਹਦਾ ਜਗ੍ਹਾ ਦਾ ਝਗੜਾ ਵਾ ਉੱਥੇ ਆਪਣੇ ਦਰਾਣੀ ਨਾਲ, ਜਿਹਨੇ ਫੋਨ ਕਰਕੇ ਦੱਸਿਆ ਵੀ ਮੈਂ ਅੱਜ ਪਿੰਡ ਆਈ ਸੀ ਅਤੇ ਮੇਰੇ ਨਾਲ ਜਿਹੜਾ ਵਾ ਮੇਰੇ ਉਹ ਗੱਲ ਪੈ ਗਏ ਆ, ਜਿਸ 'ਤੇ ਮੈਂ ਸਮੇਤ ਲੇਡੀ ਫੋਰਸ ਉੱਥੇ ਗਿਆ, ਉਹਦੇ ਨਾਲ ਝਗੜਾ ਕਰ ਰਹੇ, ਜਿਨ੍ਹਾਂ ਨੂੰ ਝਗੜਾ ਕਰਨ ਤੋਂ ਰੋਕਿਆ, ਇਸ ਤੋਂ ਇਲਾਵਾ ਹੋਰ ਗੱਲ। ਬਟਾਲਾ ਤੋਂ ਰਿੰਕੂ ਰਾਜਾ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।